Okay,
ਸੰਭਾਲ ਤਿਜੋਰੀਆਂ ਵਿੱਚ ਰੱਖਦੇ ਰੱਖ ਕਰਦੇ ਪੱਥਰ ਚਲਾ ਜਾਏ ਕੋਈ ਉਠਾ ਕੇ ਲੈਂਦਾ ਲੈ ਜਾਏ ਕੀ ਕਰੀ
ਪਰ ਕਿਤੇ ਮੇਰਾ ਮਾਨਕ ਚੋਰੀ ਨਾ ਹੋ ਜਾਏ। ਪਰ ਗੁਰੂ ਕਹਿੰਦੇ ਨੇ ਜਿਹੜਾ ਗੁਰੂ ਦਾ ਗਿਆਨ ਹੈ ਨਾ ਉਹ ਸ਼ਕਲ ਨਹੀਂ ਬਦਲਦਾ। ਵੈਲਿਊ ਬਦਲ ਦਿੰਦਾ ਹੈ। ਪਾਹਣ ਮਾਨਿਕ ਕਹਿੰਦੇ ਪੱਥਰ ਨੂੰ ਮਾਨਿਕ ਬਣਾ ਦਿੰਦਾ ਹੈ, ਹੀਰਾ ਬਣਾ ਦਿੰਦਾ ਹੈ। ਪੱਥਰਾਂ ਵਿੱਚ ਹੀ ਤਾਂ ਪੈਦਾ ਹੁੰਦਾ, ਪੱਥਰਾਂ ਦੀ ਹੀ ਤਾਂ ਨਸਲ ਹੈ, ਪੱਥਰਾਂ ਵਿੱਚੋਂ ਹੀ ਤਾਂ ਜਨਮ ਲੈਂਦਾ ਹੈ। ਅਨੂ ਦੀ ਆਪਣੀ ਵੈਲਿਊ ਹੈ। ਗੁਰੂ ਕਹਿੰਦੇ ਨੇ ਇੱਕ ਖਿਆਲ ਕਰੀ, ਤੈਨੂੰ ਗੁਰੂ ਦਾ ਬਚਨ ਉਪਦੇਸ਼ ਸੁਣਨ ਦੀ ਆਦਤ ਪੈ ਜਾਏ। ਲਫ਼ਜ਼ ਆਏ ਨੇ ਗੁਰੂ ਨਾਨਕ ਉਪਦੇਸ਼ ਕਹਿਤ ਹੈ ਕਿ ਅੱਜ ਕਹਿਣ ਲੱਗਾ। 550 ਵਰਾ ਪਹਿਲਾਂ ਕੇਵਲ ਪਾਹਣ ਨੂੰ ਮਾਨਿਕ ਬਣਾਉਣ ਲਈ ਪੱਥਰਾਂ ਰੂਪ ਸੰਸਾਰ ਨੂੰ ਜੀਵਨ ਨੂੰ ਮਾਨਿਕ ਦੀ ਹੀਰਿਆਂ ਦੀ ਵੈਲਿਊ ਦੇਣ ਲਈ ਗੁਰੂ ਨਾਨਕ ਨੇ ਘਰ ਛੱਡਿਆ। ਉਹਦਾ ਅਹਿਸਾਨ ਦੇਖੀਏ, ਘਰ ਛੱਡਿਆ, ਪਰਿਵਾਰ ਛੱਡਿਆ, ਕਾਰੋਬਾਰ ਛੱਡਿਆ, ਨਗਰ ਰਿਹਾਇਸ਼ ਸਥਾਨ ਛੱਡਿਆ, ਜੰਗਲ ਬਿਆਬਾਨਾਂ ਵਿੱਚੋਂ ਸਫ਼ਰ ਕੀਤਾ, ਇੱਕ ਇੱਕ ਗਲੀ ਕੁੱਚੇ ਘਰ ਦੇ ਦਰਵਾਜ਼ੇ ਤੇ ਪੁੱਜ ਕੇ ਆਖਿਆ ਭਰੇ ਹੋ ਜੇ ਮਾਨਿਕ ਬਣਨਾ, ਜੇ ਮੇਰੇ ਮਾਨਿਕ ਸੰਭਾਲਦੇ ਹੀ ਨਾ ਫਿਰੋ, ਆਪ ਵੀ ਮਾਨਿਕ ਬਣ ਜਾਓ। ਸਾਹਿਬ ਪਾਤਸ਼ਾਹ ਜੀ ਦਾ ਹੀ ਇੱਕ ਸ਼ਬਦ ਹੈ ਜਿਹਦੇ ਵਿੱਚ ਗੁਰੂ ਕਹਿੰਦੇ ਸੱਚਾਈ ਹੈ। ਗੁਰੂ
ਪੱਥਰ ਨੂੰ ਮਾਣਿਕ ਬਣਾਉਣ ਲਈ ਆਵਾਜ਼ਾਂ ਦਿੰਦਾ ਫਿਰਿਆ ਨਗਰ 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 ਆਵਾਜ਼ਾਂ ਦਿੰਦਾ ਫਿਰਿਆ। ਕਿੱਡੀ ਅਜੀਬ ਗੱਲ ਹੈ, 550 ਵਰ੍ਹਾ ਬੀਤ ਜਾਏ ਆਵਾਜ਼ ਹੀ ਦਿੰਦਾ ਰਹੇ। ਪਹਿਲਾਂ ਸੋਚਿਓ ਮਾਨਕ ਬਣਨ ਵਾਲੇ ਕਿੰਨੇ ਕੁ ਪੈਦਾ ਹੋਏ ਤੇ ਮਾਨਕ ਸੰਭਾਲਣ ਵਾਲੇ ਕਿੰਨੇ ਕੁ ਨੇ। ਹੀਰਿਆਂ ਦਾ ਵਪਾਰ ਹੁੰਦਾ, ਬੜੇ ਵੱਡੇ ਵੱਡੇ ਸ਼ੋਅ ਲੱਗਦੇ ਨੇ। ਹੁਣ ਦੇ ਜ਼ਮਾਨੇ ਅੰਦਰ ਤਾਂ ਸ਼ੋਅ ਲੱਗਣ ਲੱਗ ਪਏ, ਬੜੇ ਦੂਰੋਂ ਦੂਰੋਂ ਵਪਾਰੀ ਚੱਲ ਕੇ ਆਪ ਆਉਂਦੇ ਨੇ ਵਪਾਰ ਲਈ। ਆਪ ਆਉਂਦੇ ਤਜਾਰਤ ਹੁੰਦੀ ਹੈ, ਵਪਾਰ ਹੁੰਦਾ ਹੈ, ਉੱਥੋਂ ਦਾ ਇੰਤਜ਼ਾਮ ਕਦੀ ਜਾ ਕੇ ਦੇਖੋ ਜਿੱਥੇ ਹੀਰਿਆਂ ਦੇ ਸ਼ੋਰ ਲੱਗਦੇ ਨੇ। ਕਿਉਂ? ਕਿਉਂਕਿ ਹਰ ਮਨੁੱਖ ਨੂੰ ਪਤਾ ਹੈ ਹੀਰੇ ਕੀਮਤੀ ਨੇ, ਮਾਨਕ ਕੀਮਤੀ ਨੇ, ਇਹਨੂੰ ਸੰਭਾਲਣਾ ਹੈ, ਇਹਨਾਂ ਦੀ ਰਾਖੀ ਕਰਨੀ ਹੈ। ਪਰ ਕਿਹੜੀ ਅਜੀਬ ਗੱਲ ਹੈ, ਗੁਰੂ ਆਖਦਾ ਹੋਵੇ ਮੈਂ ਤੈਨੂੰ ਆਪ ਨੂੰ ਹੀ ਮਾਨਕ ਬਣਾ ਦਿੰਦਾ। ਸਤਿਗੁਰੂ ਬਾਣੀ ਵਿੱਚ ਆਖਿਆ ਕਹਿ ਲੈ ਵਪਾਰੀਆਂ ਨੂੰ ਹੀਰਾ ਬਣਾਉਣ ਲਈ, ਜਿਹੜੇ ਹੀਰਿਆਂ ਦੀ ਸੰਭਾਲ ਤੇ ਕਰ ਰਹੇ ਸਨ ਉਦੋਂ ਵੀ ਕਰ ਰਹੇ ਸਨ, ਹੁਣ ਵੀ ਕਰਦੇ ਨੇ। ਇਹਦਾ ਮਤਲਬ ਹੀਰੇ ਦੀ ਵੈਲਿਊ ਸਮਝਦੇ ਨੇ ਪਰ ਬਣਨਾ ਨਹੀਂ ਚਾਹੁੰਦੇ। 550 ਵਰ੍ਹੇ ਵਿੱਚ ਕਿੰਨੇ ਕੁ ਲੋਕ ਉਹ ਨੇ ਜਿਹੜੇ ਗੁਰੂ ਨਾਨਕ ਦੀ ਗੱਲ ਸੁਣ ਕੇ ਹੀਰਾ ਬਣ ਗਏ। ਲੋ ਛੋਟੀ ਜਿਹੀ ਲਿਸਟ ਹੈ ਉਪਦੇਸ਼ ਦੀ। ਵੈਸੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 1429 ਸਫਾਈ ਉਪਦੇਸ਼ ਹੈ, ਸਾਰਾ ਉਪਦੇਸ਼ ਹੀ ਹੈ। ਪਰ ਚਲੋ
ਇੰਨੀ ਵੱਡੀ ਲਿਸਟ ਨੂੰ ਸਮਝਣਾ, ਉਹਦੇ ਅਨੁਸਾਰ ਜਿਉਣਾ, ਉਪਦੇਸ਼ ਕੀ ਹੈ, ਕਿਉਂਕਿ ਉਪਦੇਸ਼ ਦਾ ਮਤਲਬ ਤਾਂ ਇਹੋ ਹੀ ਹੈ ਨਾ, ਅਸੀਂ ਉਹਨੂੰ ਧਾਰਨ ਕਰੀਏ ਅਤੇ ਜੀ ਜੀਏ ਉਸਦੇ ਅਨੁਸਾਰ। ਗੁਰੂ ਨਾਨਕ ਨੇ ਬਾਣੀ ਵਿੱਚ ਵੀ ਆਖਿਆ, ਕਹਿੰਦੇ ਉਪਦੇਸ਼ ਜੋ ਦਿੱਤਾ ਸਤਿਗੁਰੂ, ਉਪਦੇਸ਼ ਜੋ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ, ਸੋ ਸੁਣਿਆ ਸਿੱਖੀ ਕੰਨੇ। ਫਿਰ ਕਹਿਣ ਲੱਗੇ ਸਿਰਫ ਸੁਣਿਆ ਨਹੀਂ, ਜਿਨ ਸਤਿਗੁਰ ਕਾ ਭਾਣਾ ਸੁਣਿਆ। ਆਪਾਂ ਰੋਜ਼ ਪੜ੍ਹਨੇ ਜਪੁਜੀ ਸਾਹਿਬ ਵਿੱਚ ਵੀ ਸੁਣਿਆ ਮੰਨੇ, ਸੁਣਨ ਤੋਂ ਬਾਅਦ ਮੰਨਣ ਦਾ ਮਸਲਾ ਆਉਂਦਾ ਹੈ, ਪਰ ਚਲੋ ਸੁਣਿਆ ਹੀ ਸਹੀ, ਸ਼ੁਰੂਆਤ ਹੈ। ਪਹਿਲੀ ਪੌੜੀ ਤਾਂ ਕਦਮ ਰੱਖ। ਕਹਿਣ ਲੱਗੇ ਜਿਹੜਾ ਸੁਣਦਾ ਨਾ, ਇਸੇ ਲਈ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਨੂੰ, ਇਹ ਗੱਲ ਕਿਉਂ ਕਹਿਣੀ ਪਈ, ਇਹ ਸਰਬ ਨੂੰ ਮੇਰੇ ਉਹ ਸਾਚੇ ਸੁਣਨੇ ਨੂੰ ਪਠਾਏ। ਸਰਵਨਾ ਨੂੰ ਮੁਖਾਤਬ ਕੀਤਾ, ਕਹਿਣ ਲੱਗੇ ਮੈਂ ਤੁਹਾਨੂੰ ਇਸ ਲਈ ਮੁਖਾਤਬ ਕਰਨਾ ਚਾਹੁੰਦਾ ਕਿਉਂਕਿ ਜ਼ਿੰਦਗੀ ਦਾ, ਜੀਵਨ ਦਾ ਸਾਰਾ ਦਾਰੋ ਮਦਾਰ ਤੁਹਾਡੇ 'ਤੇ ਹੈ, ਤੁਹਾਡੇ 'ਤੇ ਹੈ। ਦੁਨੀਆਂ ਅੰਦਰ ਜੋ ਕੁਝ ਵੀ ਮਨੁੱਖ ਬਣਦਾ ਹੈ ਨਾ, ਉਹਦਾ ਆਰੰਭ ਕੰਨਾਂ ਤੋਂ ਹੀ ਹੁੰਦਾ ਹੈ। ਬੱਚਾ ਗੋਦੀ ਵਿੱਚ ਹੋਵੇ ਪਹਿਲੇ ਦਿਨ, ਮਾਮਾ ਪਾਪਾ ਵੀ ਤਾਂ ਹੀ ਆਖਦਾ ਜੇ ਉਹਨੂੰ ਕੋਈ ਆਖ ਕੇ ਸੁਣਾਏਗਾ, ਸੁਣ ਕੇ ਹੀ ਉਹਨੂੰ ਕਹਿਣ ਦਾ ਸੁਭਾਅ ਬਣੇਗਾ। ਜੇ ਉਹ ਸਕੂਲ ਜਾਂਦਾ ਹੈ ਤੇ ਉੱਥੇ ਵੀ ਕੋਈ ਇੱਕ ਮਾਸਟਰ ਕੁਝ ਸੁਣਾਉਂਦਾ ਤੇ ਉਹ ਸੁਣਦਾ, ਜਿਹੜਾ ਉੱਥੇ ਵੀ ਬੇਧਿਆਨ ਨਾ ਹੋਵੇ ਸੁਣੇ ਨਾ, ਸਕੂਲ ਵਿੱਚ ਫੇਲ ਹੋ ਜਾਂਦਾ। ਜੇ ਇੰਨੀਆਂ ਵੱਡੀਆਂ ਵੱਡੀਆਂ ਡਿਗਰੀਆਂ ਮਨੁੱਖ ਲੈਂਦਾ ਤੇ ਉਹ ਸੁਣਨ ਤੇ ਨਿਰਭਰ ਹੋ ਕੇ ਲੈਂਦਾ, ਜਿਹਨੇ ਕਦੀ ਕੁਝ ਸੁਣਿਆ ਨਹੀਂ। ਮੈਂ ਬਲਕਿ ਇੱਕ ਵਾਰ ਕੀਤੀ ਸੀ, ਇਹ ਸਰੀਰ ਇੱਕ ਡੈਕ ਹੈ, ਜਿਵੇਂ ਉਹਦੇ ਵਿੱਚ ਕੁਛ ਰਿਕਾਰਡ ਕਰੀਦਾ, ਇੱਕ ਰਿਕਾਰਡ ਸਵਿੱਚ ਹੁੰਦਾ ਤੇ ਇੱਕ ਪਲੇ ਸਵਿੱਚ ਹੁੰਦਾ, ਪਰ ਇੱਕ ਖਿਆਲ ਕਰਿਓ ਪਲੇ ਉਹ ਕੁਝ ਹੁੰਦਾ ਜੋ ਰਿਕਾਰਡ ਹੋਇਆ ਹੋਵੇ। ਕੰਨ ਜਿਹੜੇ ਨੇ ਉਹ ਰਿਕਾਰਡ ਸੋਚਦੇ, ਉਹ ਜੀਵਨ ਵਿੱਚ ਬਹੁਤ ਕੁਝ ਰਿਕਾਰਡ ਕਰਦੇ ਤੇ ਜਦੋਂ ਫਿਰ ਬੋਲਣ ਦੀ ਲੋੜ ਪੈਂਦੀ ਹੈ ਨਾ, ਉਹ ਹੀ ਕੋਈ ਰਿਕਾਰਡ ਹੁੰਦਾ ਜੋ ਉਹ ਹੀ ਕੋਈ ਪਲੇ ਹੁੰਦਾ ਜੋ ਰਿਕਾਰਡ ਕੀਤਾ ਹੁੰਦਾ। ਇਸ ਲਈ ਕੰਨਾਂ 'ਤੇ ਬਹੁਤ ਕੁਛ ਨਿਰਭਰ ਹੈ, ਕੰਨ ਜਿਹੜੇ ਨੇ ਉਹ ਰਿਕਾਰਡ ਸੋਚਣੇ, ਸੁਣਨ ਨਾਲ ਸੰਬੰਧ ਰੱਖਦੇ ਨੇ। ਹੁਣ ਦੇਖਣਾ ਇਹ ਹੈ ਵੀ 550 ਵਰ੍ਹਾਂ ਵਿੱਚ ਗੁਰੂ ਨਾਨਕ ਨੇ ਕੋਈ ਉਪਦੇਸ਼ ਕਰਨ ਦੀ ਕਮੀ ਤਾਂ ਨਹੀਂ ਰੱਖੀ। ਨਗਰ ਨਗਰ ਦੁਨੀਆਂ ਦੇ ਹਰ ਹਿੱਸੇ ਵਿੱਚ ਇੰਨਾ ਲੰਬੀ ਯਾਤਰਾ ਤੇ ਮੇਰੇ ਖਿਆਲ ਕਿਸੇ ਮਨੁੱਖ ਦੇ 70 ਸਾਲ ਦੇ ਜੀਵਨ ਵਿੱਚ ਨਹੀਂ ਹੋਵੇਗੀ। ਕਿੱਥੇ ਦੇਸ਼ ਵਿਦੇਸ਼ਾਂ ਵਿੱਚ ਅੱਜ ਕਈ ਥਾਵਾਂ ਦਾ ਅੱਜ ਪਤਾ ਲੱਗ ਰਿਹਾ ਗੁਰੂ ਨਾਨਕ ਇੱਥੇ ਵੀ ਆ ਰਹੇ, ਮੈਨੂੰ ਯਾਦ ਹੈ।
ਅੱਜ ਤੋਂ ਕੁਝ ਵਰੇ ਪਹਿਲਾਂ ਅਫਰੀਕਾ ਗਏ, ਉੱਥੇ ਜਾ ਕੇ ਵੀ ਪਤਾ ਲੱਗਾ ਵੀ ਇੱਥੇ ਵੀ ਗੁਰੂ ਨਾਨਕ ਆਏ। ਉਸ ਪਿੰਡ ਦਾ ਨਾਂ ਹੀ ਨਾਨਕ ਦੇ ਨਾਂ ਤੇ ਹੈ, ਕਦੇ ਵੀ ਉਸਨੂੰ ਮੰਨਦੇ ਨੇ, ਉਸ ਸਥਾਨ ਦੀ ਯਾਤਰਾ ਕਰਦੇ ਨੇ। ਮੇਰਾ ਕਹਿਣ ਦਾ ਮਤਲਬ ਹੈ ਕਿ ਦੇਸ਼ ਵਿਦੇਸ਼ਾਂ ਦੇ ਹਰ ਹਿੱਸੇ ਵਿੱਚ ਉਸ ਸਮੇਂ ਤੇ ਜਦੋਂ ਆਉਣ ਜਾਣ ਦੇ ਕੋਈ ਸਾਧਨ ਨਹੀਂ ਸਨ, ਹੁਣ ਤੇ ਹਵਾਈ ਜਹਾਜ਼ ਨੇ, ਪਲਾਂ ਵਿੱਚ ਸਫ਼ਰ ਹੋ ਜਾਂਦਾ। ਜਦੋਂ ਸੁੱਖਾਂ ਦਾ ਸਮਾਨ ਕੋਈ ਨਹੀਂ ਸੀ, ਰਸਤੇ ਵਿੱਚ ਕੋਈ ਮਦਦਗਾਰ ਨਹੀਂ ਸੀ ਕਿਸੇ ਪੈਦਲ ਯਾਤਰੂ ਦਾ, ਗੁਰੂ ਨਾਨਕ ਨੇ ਉਸ ਸਮੇਂ ਤੇ ਭਰਾ ਜੇ ਯਾਤਰਾ ਕੀਤੀ ਤੇ ਗਏ, ਕਿਸ ਕੰਮ ਗਏ? ਐਸਾ ਨਹੀਂ ਗੁਰੂ ਨਾਨਕ ਦਾ ਮਨੁੱਖਤਾ ਤੇ ਉਪਦੇਸ਼ ਕਰਨ ਗਏ। 550 ਵਰ੍ਹਾ ਹੋ ਗਿਆ, ਫਿਰ ਉਸ ਉਪਦੇਸ਼ ਨੂੰ ਇਕੱਤਰ ਕਰਕੇ ਸਾਡੀ ਝੋਲੀ ਪਾ ਦਿੱਤਾ, ਲਓ ਬਈ ਗੁਰੂ ਨਾਨਕ ਦਾ ਕਹਿਆ ਜਦੋਂ ਤੁਹਾਡਾ ਦਿਲ ਚਾਹੇ ਸੁਣ ਲਓ। ਕੋਈ ਮੁਨਾਫੀ ਨਹੀਂ ਵੀ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਨਾਨਕ ਨੂੰ ਮੰਨਣ ਵਾਲਾ, ਉਹ ਹੀ ਸੁਣ ਸਕਦਾ, ਨਹੀਂ ਸੁਣਨ ਤੋਂ ਬਾਅਦ ਹੀ ਮੰਨੇਗਾ। ਇਸ ਲਈ ਸੁਣਨ ਤੇ ਕੋਈ ਪਾਬੰਦੀ ਨਹੀਂ, ਕੋਈ ਮਨਾਪਲੀ ਨਹੀਂ, ਹਰ ਕੋਈ ਸੁਣ ਸਕਦਾ। 550 ਵਰ੍ਹਾ ਬੀਤ ਗਿਆ ਗੁਰੂ ਨਾਨਕ ਨੂੰ ਉਪਦੇਸ਼ ਕਰਦਿਆਂ, ਪਰ ਸੋਚਿਓ ਉਸ ਉਪਦੇਸ਼ ਨੂੰ ਗ੍ਰਹਿਣ ਕਰਨ ਵਾਲੇ ਕਿੰਨੇ ਕੁ ਲੋਕ ਨੇ। ਸਾਡੇ 1429 ਸਫ਼ਾ ਭਲਾ, ਚਲੋ ਸਾਡੇ ਬਸ ਦੀ ਗੱਲ ਨਹੀਂ, ਸਾਰੇ ਸਮਝ ਸਕੀਏ, ਸਾਰੇ ਸੁਣ ਸਕੀਏ, ਬਿਜ਼ੀ ਲਾਈਫ। ਪਰ ਚਲੋ ਅੱਜ ਵਾਲਾ ਸ਼ਬਦ ਹੀ ਲੈ ਲਓ, ਜਿਹਨੇ ਸਿੱਧਾ ਆਖਿਆ ਲੈ ਭਲਿਆ, ਆਹ ਜੋ ਕੁਝ ਮੈਂ ਅੱਜ ਇਸ ਸ਼ਬਦ ਵਿੱਚ ਕਹਿ ਰਿਹਾ ਇਹ ਗੁਰੂ ਨਾਨਕ ਪਿਆ ਕਹਿੰਦਾ। ਇੱਥੇ ਤਾਂ ਕੋਈ ਰੁਕਾਵਟ ਛੁਪਾ ਕੇ ਨਹੀਂ ਰੱਖੀ, ਲਓ ਅੱਜ ਵਾਲਾ ਸ਼ਬਦ ਜਿਹਦੇ ਵਿੱਚ ਉਪਦੇਸ਼ ਦੀਆਂ ਗੱਲਾਂ ਕੇਵਲ ਲਾਈਨਾਂ 8 ਨੇ, ਬਾਕੀ 2 ਲਾਈਨਾਂ ਤਾਂ ਦੱਸ ਰਹੀਆਂ ਨੇ ਵੀ ਗੁਰੂ ਨਾਨਕ ਉਹ ਉਪਦੇਸ਼ ਕਰਦਾ ਹੈ, ਤੇ ਇਹ ਉਪਦੇਸ਼ ਦੁਨੀਆਂ ਦੇ ਹਰ ਮਨੁੱਖ ਤੇ ਲਾਗੂ ਹੁੰਦਾ ਹੈ, ਭਾਵੇਂ ਉਹ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਹਰ ਕੋਈ ਸੁਣ ਸਕਦਾ, ਬਰਾਬਰੀ ਨਹੀਂ। 2 ਲਾਈਨਾਂ ਇਸ ਗੱਲ ਦੀਆਂ ਨੇ, 8 ਲਾਈਨਾਂ ਨੇ ਜਿਹੜੀਆਂ ਉਪਦੇਸ਼ ਦੀਆਂ ਨੇ। ਹੁਣ ਕਿੰਨੀ ਅਜੀਬ ਗੱਲ ਹੈ, ਉਪਦੇਸ਼ ਦੀਆਂ ਕੇਵਲ 8 ਲਾਈਨਾਂ ਵੀ ਸਾਡੀ ਜ਼ਿੰਦਗੀ ਵਿੱਚ ਪ੍ਰਵੇਸ਼ ਨਾ ਕਰ ਸਕਣ ਤਾਂ ਦੁੱਖ ਵਾਲੀ ਗੱਲ ਹੈ। ਲਓ ਮੈਂ ਇਹਨਾਂ ਹੀ 8 ਲਾਈਨਾਂ ਨੂੰ ਦੁਬਾਰਾ ਦੁਹਰਾਉਣਾ ਚਾਹੁੰਦਾ ਤੇ ਆਪਣੇ ਹਿਰਦੇ ਦੇ ਵਿਹੜੇ ਵਿੱਚ ਝਾਤ ਮਾਰ ਕੇ ਅਸੀਂ ਆਪ ਦੇਖਣਾ ਭਲਾ ਇਹ 8 ਲਾਈਨਾਂ ਸਾਡੇ ਅੰਦਰ ਹੈ। 550 ਵਰ੍ਹਾ ਬੀਤ ਗਿਆ, ਫਿਰ ਇਹਨਾਂ 8 ਲਾਈਨਾਂ ਨੂੰ ਧਾਰਨ ਕਰਨ ਵਾਲੇ ਨੂੰ ਕੀ ਪ੍ਰਾਪਤ ਹੁੰਦਾ ਹੈ, ਉਹ ਵੀ ਨਾਲ ਬਖਸ਼ਿਸ਼ ਕਰ ਦਿੱਤੀ ਤਾਂ ਕਿ ਭੁਲੇਖਾ ਨਾ ਰਹੇ। ਹੁਣ ਉਹਨਾਂ 8 ਲਾਈਨਾਂ ਨੂੰ ਦੁਹਰਾਈਏ, ਕਹਿੰਦੇ ਪ੍ਰਾਣ ਸੁਖ ਦਾਤਾ, ਉਪਦੇਸ਼ ਕੀ ਹੈ? ਪ੍ਰਾਣ ਸੁਖ ਦਾਤਾ ਜੀ, ਸੁਖ ਦਾਤਾ ਪ੍ਰਭੂ
ਜਿਹੜਾ ਤੇਰੇ ਪ੍ਰਾਣਾਂ ਨੂੰ ਵੀ ਸੰਭਾਲ ਰਿਹਾ ਤੇ ਜੀਵ ਨੂੰ ਵੀ ਸੰਭਾਲ ਰਿਹਾ, ਕਿਉਂਕਿ ਪ੍ਰਾਣ ਜਿਹੜੇ ਨੇ ਉਹ ਸਰੀਰ ਨੂੰ ਚਲਾਉਣ, ਸਰੀਰ ਨੂੰ ਐਕਟਿਵ ਰੱਖਣ ਲਈ ਇੱਕ ਸਾਧਨ ਨੇ। ਸਰੀਰ ਓਨੀ ਦੇਰ ਹਰ ਆਦਤ ਵਿੱਚ ਹੈ ਜਿੰਨੀ ਦੇਰ ਪ੍ਰਾਣ ਨੇ, ਤੇ ਜੀਵ ਜਿਹੜਾ ਉਹਨੇ ਦਿੱਤਾ ਹੈ ਉਹਨੂੰ ਵੀ ਸੰਭਾਲ ਰਿਹਾ। ਕਹਿਣ ਲੱਗੇ ਜਿਹੜਾ ਤੇਰਾ ਪ੍ਰਾਣਾਂ ਦਾ ਤੇ ਜੀਵ ਦਾ ਦੋਹਾਂ ਦਾ ਰਖਵਾਲਾ ਹੈ ਤੇ ਹਮੇਸ਼ਾ ਸੰਭਾਲਦਾ ਹੈ, ਤੂੰ ਹੇ ਮਨੁੱਖ ਇੰਨਾ ਅਗਿਆਨੀ ਹੋ ਗਿਆ, ਇੰਨਾ ਬੇਸਮਝ ਹੋ ਗਿਆ ਕਿ ਤੂੰ ਉਹਨੂੰ ਵੀ ਵਿਸਾਰ ਬੈਠਾ। ਉਪਦੇਸ਼ ਦੀਆਂ ਅੱਠ ਲਾਈਨਾਂ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੀਦਾ। ਪ੍ਰਾਣਾ ਤੇ ਜੀਵ ਦੇ ਰਖਵਾਲੇ ਨੂੰ, ਤੈਨੂੰ ਪ੍ਰਾਣਾ ਤੇ ਜੀਵ ਨਾਲ ਪਿਆਰ ਹੈ, ਤੂੰ ਚਾਹੁੰਦਾ ਮੇਰੇ ਪ੍ਰਾਣ ਵੀ ਖਤਮ ਨਾ ਹੋਣ, ਤੂੰ ਇਹ ਚਾਹੁੰਦਾ ਜੀਵ ਵੀ ਮੇਰੇ ਕੋਲ ਰਹੇ। ਪਰ ਜਿਹੜਾ ਇਸ ਪ੍ਰਾਣ ਤੇ ਜੀਵ ਦਾ ਰਖਵਾਲਾ ਹੈ ਉਹਦੇ ਨਾਲ ਤੂੰ ਆਪਣਾ ਸੰਬੰਧ ਤੋੜ ਬੈਠਾ, ਚਾਹੇ ਵੀ ਸਾਰੇ ਹੋ ਗਿਆ ਚਾਕ ਝੂਠਾ ਨਸ਼ਾ ਪੀ ਕੇ ਬਾਵਨਾ ਹੋ ਗਿਆ, ਸਿਆਣਪ ਖੋ ਬੈਠੇ, ਝੂਠਾ ਮਦ ਚਾਕ ਹੋਛਾ ਮਦ ਚਾਕ ਹੋਏ ਤੁਮ ਬਾਵਰ, ਬਾਵਨਾ ਹੋ ਗਿਆ ਦੁਰਲਭ ਜਨਮ ਅਕਾਰਤ। ਇਹ ਦੁਰਲਭ ਜਨਮ ਜਿਹੜਾ ਪ੍ਰਾਣ ਤੇ ਜੀਵ ਤੇ ਨਿਰਭਰ ਹੈ ਉਸ ਦਿਨ ਜਨਮ ਖਤਮ ਹੋ ਜਾਏਗਾ ਜਿਸ ਦਿਨ ਪ੍ਰਾਣ ਤੇ ਜੀਵ ਦਾ ਸੰਬੰਧ ਨਾ ਰਿਹਾ। ਜਿਹੜਾ ਪ੍ਰਾਣ ਤੇ ਜੀਵ ਤੇ ਨਿਰਭਰ ਹੈ ਉਹ ਦੁਰਲਭ ਜਨਮ ਜਿਹੜਾ ਤੈਨੂੰ ਬਾਰ ਬਾਰ ਨਹੀਂ ਮਿਲਣਾ, ਤੂੰ ਬਾਜ਼ਾਰੋਂ ਮੁੱਲ ਨਹੀਂ ਖਰੀਦਿਆ ਤੇ ਕਿਸੇ ਕੀਮਤ ਤੇ ਨਹੀਂ ਖਰੀਦ ਸਕੇਗਾ। ਬਾਬਾ ਕਬੀਰ ਜੀ ਦਾ ਇੱਕ ਲਫ਼ਜ਼ ਆਇਆ ਸੀ, ਕਹਿਣ ਲੱਗੇ ਕਬੀਰ ਇੱਕ ਖਿਆਲ ਕਰੀ ਇਹ ਦੇਹ ਜਿਹੜੀ ਹੈ ਜਦੋਂ ਇਹ ਚਲੀ ਜਾਏਗੀ ਸਕੋ ਤਾਂ ਲਿਓ ਮਹੋਰ, ਜੇ ਤੇਰੇ ਸ਼ਕਤੀ ਹੈ ਤੋ ਮੁੜ ਲੈ ਲਈ ਆਖ ਜੀ ਮੈਂ ਮੇਰੀ ਦੇਹ ਬਿਰਧ ਹੋ ਗਈ ਹੈ ਇਹ ਲੈ ਲਓ, ਚਲੋ ਲਿਜਾਣੀ ਹੈ ਲੈ ਜਾਓ ਮੈਨੂੰ ਨਵੀਂ ਦੇਹ ਹੋਰ ਦਿਓ, ਸਕੋ ਤਾਂ ਲਿਓ ਮਹੋਰ ਨਾਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋ। ਕਹਿਣ ਲੱਗੇ ਮੁਸ਼ਕਿਲ ਹੈ ਦੁਰਲਭ ਹੈ ਕਿਤੋਂ ਮੁੱਲ ਨਹੀਂ ਮਿਲਦੀ, ਪਰ ਤੂੰ ਗੁਆਰੇ। ਉਪਦੇਸ਼ ਗੁਰੂ ਨਾਨਕ ਦਾ, ਗੁਰੂ ਨਾਨਕ ਜਿਹੜਾ ਉਪਦੇਸ਼ ਕੀਤਾ ਹੈ ਨਾ ਕੇਵਲ ਅੱਠ ਲਾਈਨਾਂ ਵਿੱਚ, ਅਸੀਂ ਉਸੇ ਲਿਸਟ ਨੂੰ ਯਾਦ ਕਰ ਲੈਂਦੇ। ਕਹਿਣ ਲੱਗੇ ਤੂੰ ਉਹਨੂੰ ਗੁਆਰੇ ਹੈ ਰੇ ਨਾਰੇ ਐਸੀ ਕਰੇ ਇਹ ਅਣਥ, ਤੂੰ ਇੰਨਾ ਹਰਿਆਣਾ ਹੋ ਗਿਆ ਇਹੋ ਜਿਹੀ
ਇਹ ਅਣਥ ਭਾਵ ਬੇਸਮਝੀ ਤੇਰੇ ਮਨ ਵਿੱਚ ਆ ਗਈ, ਤੂੰ ਸੋਚਦਾ ਹੀ ਨਹੀਂ ਕਿ ਇਸ ਬੇਸਮਝੀ ਨਾਲ ਤੂੰ ਕੀ ਗੁਆ ਰਿਹਾ। ਰੇ ਲੜ ਐਸੀ ਕਰੇ ਇਹ ਅਣਥ, ਉਹ ਪ੍ਰਭੂ ਸਾਰੇ ਦਰ ਹਰ ਸਾਰੇ ਦਰ ਭਰਮ ਤੂੰ ਭੁੱਲਾ, ਭਰਮਾ ਵਿੱਚ ਭੁੱਲਿਆ ਹੋਇਆ ਭਰਮ ਤੂੰ ਭੁੱਲਾ, ਮੇਰਾ ਭਰਮ ਵਿੱਚ ਭੁੱਲਿਆ ਨਹੀਂ। ਕਿਹੜੀ ਅਜੀਬ ਗੱਲ ਹੈ, ਮਾਲਕ ਨੂੰ ਛੱਡ ਕੇ ਉਹਦੀ ਦਾਸੀ ਉਹਦੇ ਦਰ ਤੇ ਝਾੜੂ ਫੇਰਨ ਵਾਲੀ ਮਾਇਆ ਜਿਹੜੀ ਹੈ ਦੂਜੇ ਨੰਬਰ ਦੀ ਦਾਸੀ ਹੈ ਉਹਦੀ। ਤੂੰ ਉਸ ਮਾਇਆ ਦੇ ਸਿਮਰਨ ਵਿੱਚ, ਉਹਦੀ ਚਿਤਾਈ ਵਿੱਚ, ਉਹਨੂੰ ਇਕੱਤਰ ਕਰਨ ਵਿੱਚ, ਉਹਦੀ ਸੇਵਾ ਵਿੱਚ ਤਾਂ ਲੱਗਾ ਹੋਇਆ, ਅਤੇ ਮਾਇਆ ਦੇਣ ਵਾਲੇ ਮਾਲਕ ਪਤੀ ਦਾ ਸਾਥ ਛੱਡ ਚੁੱਕਾ ਹੈ। ਸਾਰਕ ਦਰ ਪਰਮ ਤੂੰ ਭੁੱਲਾ, ਮੋਇ ਲਪਟਿਓ ਦਾਸੀ ਸੰਸਾਰ ਚ। ਤੇ ਅਗਲੀ ਲਾਈਨ ਵਿੱਚ ਬੜੀ ਖੂਬਸੂਰਤ ਗੱਲ ਕਹਿਣ ਲੱਗੇ, ਧਰਨੀ ਧਰ ਤਿਆਗ, ਧਰਨੀ ਧਰਤੀ ਜਿਹਨੇ ਸਾਰਾ ਬ੍ਰਹਿਮੰਡ ਆਪਣੀ ਸ਼ਕਤੀ ਨਾਲ ਟਿਕਾਇਆ ਹੋਇਆ। ਸਾਨੂੰ ਬਾਣੀ ਵਿੱਚ ਵਾਰ ਵਾਰ ਆਖਿਆ, ਕਹਿਣ ਲੱਗੇ ਜਿਹਨੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਤ ਅਗਨ ਦਰੀਜੈ ਬੱਕਰੀ ਸਿੰਘ ਇੱਕ ਤੈ ਥਾਂ ਰੱਖ ਹੈ, ਉਹ ਐਡੀ ਵੱਡੀ ਸ਼ਕਤੀ ਵਾਲਾ ਮਾਲਕ। ਕਹਿਣ ਲੱਗੇ ਧਰਨੀ ਧਰ ਤਿਆਗ, ਜਿਸਨੇ ਸਾਰੀ ਧਰਤੀ ਨੂੰ ਸਾਰੇ ਬ੍ਰਹਿਮੰਡ ਨੂੰ ਆਪਣੀ ਸ਼ਕਤੀ ਨਾਲ ਟਿਕਾਇਆ ਹੋਇਆ, ਉਹਨੂੰ ਤੂੰ ਤਿਆਗ ਦਿੱਤਾ। ਧਰਨੀ ਧਰ ਤਿਆਗ, ਤੇ ਦੂਜੇ ਪਾਸੇ ਨੀਚ ਕੋਲ ਸੇਵ ਹੈ, ਜਿਹੜੇ ਨੀਚ ਤੋਂ ਭਾਵ ਨੀਵੀ ਸ਼ਕਤੀ ਵਾਲੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੀ ਸੇਵਾ ਵਿੱਚ ਉਹਨਾਂ ਦੀ ਪੂਜਾ ਵਿੱਚ ਲੱਗਾ ਹੋਇਆ, ਨੀਚ ਕੋਲ ਸੇਵ ਹੈ। ਧਰਨੀ ਧਰ ਤਿਆਗ, ਨੀਚ ਕੋਲ ਸੇਵ ਹਾਂ ਹੋ ਕਰਤ ਬਿਹਾਵਤ, ਕਹਿਣ ਲੱਗੇ ਇਹੋ ਜੀ ਤੇਰੀ ਹਾਲਤ ਹੈ ਪਰ ਤੇਰੀ ਹਾਂ ਹਾਂ ਨਹੀਂ ਖਤਮ ਹੋ ਰਹੀ ਕਿ ਮੈਂ ਜੋ ਕੁਝ ਹਾਂ ਉਹ ਠੀਕ ਹਾਂ। ਭਗਤੀ ਵੀ ਨਾਮ ਵੀ ਸਿਮਰਨ ਵੀ ਰੱਬ ਵੀ ਮੈਂ ਜੋ ਤਸਵਰ ਕਰਾਂ ਉਹ ਹੀ ਹੈ। ਤੂੰ ਆਪਣੀ ਮਰਜ਼ੀ ਦਾ ਰੱਬ, ਆਪਣੀ ਮਰਜ਼ੀ ਦਾ ਉਪਦੇਸ਼, ਆਪਣੀ ਮਰਜ਼ੀ ਦਾ ਗੁਰੂ ਘੜਨਾ ਚਾਹੁੰਦਾ, ਤੇਰੀ ਆਪਣੀ ਹਉਮੈ ਇਹ ਵੱਧ ਚੁੱਕੀ ਹੈ। ਤੂੰ ਕਹਿੰਦਾ ਜੋ ਮੈਂ ਚਾਹਾਂ ਉਹ ਜਾਂ ਰੱਬ ਹੋਵੇ। ਇੱਕ ਵਾਰ ਕੀਤੀ ਸੀ, ਕਿਹੜੀ ਅਜੀਬ ਗੱਲ ਹੈ, ਇੱਥੇ ਵੀ ਅਰਦਾਸ ਕਰਨਾ ਤੇਰੀ ਤੇਰਾ ਗੁਰੂ ਦੀ ਬੋਲੀ ਨਹੀਂ ਮਿਲਦੀ, ਗੁਰੂ ਸੱਚ ਬੋਲਦਾ, ਤੂੰ ਝੂਠ ਬੋਲਣਾ, ਤੇਰਾ ਸਾ ਜੀਵਨ ਦਾ ਸਹਾਰਾ ਹੀ ਝੂਠ ਤੇ ਹੈ, ਤੇਰੀ ਉਹਦੀ ਬੋਲੀ ਨਹੀਂ ਮਿਲਦੀ। ਮੈਂ ਕਿਹਾ ਕਿਹੜੀ ਅਜੀਬ ਗੱਲ ਹੈ, ਅਤੇ ਜੇ ਭਲਾ ਦੋ ਆਦਮੀਆਂ ਦੀ ਬੋਲੀ ਨਾ ਮਿਲੇ ਤੇ ਉਹ ਇੱਕ ਦੂਜੇ ਨੂੰ ਕੋਈ ਗੱਲ ਆਪਣੇ ਮਨ ਦਾ ਦੁੱਖ ਸੁੱਖ ਕਹਿ ਸਕਦੇ ਨੇ? ਨਹੀਂ, ਬੋਲੀ ਨਹੀਂ ਮਿਲਦੀ। ਪਰ ਕਿਹੜੀ ਅਜੀਬ ਗੱਲ ਹੈ, ਤੂੰ ਇੱਥੇ ਜਦੋਂ ਅਰਦਾਸ ਕਰਨਾ ਤੂੰ ਕਹਿੰਦਾ ਮੇਰੀ ਗੱਲ ਤਾਂ ਮੇਰਾ ਗੁਰੂ ਸੁਣੇ, ਪਰ ਜਿਹੜੀ ਗੱਲ ਗੁਰੂ ਆਖ ਰਿਹਾ ਉਹ ਮੈਂ ਨਹੀਂ ਸੁਣਦੀ, ਮੈਨੂੰ ਸਮਝ ਨਹੀਂ ਆਉਂਦੀ। ਕਿਹੜੀ ਅਜੀਬ ਗੱਲ ਹੈ, ਉੱਥੇ ਤੂੰ ਕਹਿ ਦਿੰਦਾ ਮੈਨੂੰ ਬਾਣੀ ਦੀ ਸਮਝ ਨਹੀਂ ਆਉਂਦੀ। ਜੇ ਤੈਨੂੰ ਗੁਰੂ ਦੀ ਗੱਲ ਸਮਝ ਨਹੀਂ ਆਉਂਦੀ ਤਾਂ ਤੇਰੀ ਭਲਾ ਇਹੀ ਗੱਲ, ਜੇ ਭਲਾ ਗੁਰੂ ਆਖ ਦੇਵੇ ਮੈਨੂੰ ਤੇਰੀ ਅਰਦਾਸ ਦੀ ਗੱਲ ਸਮਝ ਨਹੀਂ ਆਉਂਦੀ, ਫਿਰ ਕੀ ਬਣੇ? ਤੂੰ ਇੱਕ ਪਾਸੇ ਤਾਂ ਇਹ ਕਹਿ ਦਿੰਦਾ ਕਿ ਮੈਨੂੰ ਬਾਣੀ ਦੀ ਸਮਝ ਨਹੀਂ ਆਉਂਦੀ, ਜੇ ਤੂੰ ਬਾਣੀ ਨੂੰ ਨਹੀਂ ਸਮਝੇਗਾ, ਬਾਣੀ ਗੁਰੂ ਹੈ, ਜੇ ਬਾਣੀ ਨੂੰ ਸਮਝਣ ਦਾ ਉਪਰਾਲਾ ਨਹੀਂ ਕਰੇਗਾ
ਤੇ ਵਿਸ਼ਵਾਸ ਕਰ, ਤੇਰੀ ਤੇ ਗੁਰੂ ਦੀ ਬੋਲੀ ਨਹੀਂ ਮਿਲੀ, ਤੈਨੂੰ ਪਤਾ ਹੀ ਨਹੀਂ ਲੱਗੇਗਾ ਕਿ ਬਾਣੀ ਸੱਚ ਹੈ। ਤੈਨੂੰ ਇਹ ਗਿਆਨ ਤੇ ਵਿਸ਼ਵਾਸ ਹੀ ਨਹੀਂ ਆਵੇਗਾ ਕਿ ਗੁਰੂ ਆਖ ਰਿਹਾ ਭਰਿਆ ਸ਼ੁਭ ਬਚਨ ਬੋਲ ਗੁਣ ਅਮੋਲ, ਕਿਵੇਂ ਜੀਉਣਾ ਹੈ। ਪਰ ਹੋ ਕੀ ਰਿਹਾ, ਮਨੁੱਖ ਚਾਹੁੰਦਾ ਮੇਰੀ ਬੋਲੀ, ਮੇਰੀ ਅਰਦਾਸ, ਮੇਰੀ ਕੀਤੀ ਹੋਈ ਗੱਲ ਤਾਂ ਗੁਰੂ ਸੁਣੇ। ਗੁਰੂ ਦੀ ਬੋਲਿਆ ਹੋਇਆ ਮੈਨੂੰ ਸੁਣਨ ਦੀ ਲੋੜ ਨਹੀਂ, ਮੈਨੂੰ ਸਮਝਣ ਦੀ ਲੋੜ ਨਹੀਂ। ਇਹ ਵੀ ਇੱਕ ਹੋਂ ਹੈ ਕਿ ਗੁਰੂ ਮੇਰੀ ਮਰਜ਼ੀ ਦਾ ਹੋਵੇ, ਰੱਬ ਮੇਰੀ ਮਰਜ਼ੀ ਦਾ ਹੋਵੇ। ਕਹਿਣ ਲੱਗੇ ਧਰਨੀ ਧਰ ਤਿਆਗ ਨੀਚ ਕੋਲ ਸੇਵਾ, ਹੋਂ ਹੋਂ ਕਰਤ ਬਿਹਾਵਤ। ਕਹਿਣ ਲੱਗੇ ਫੋਕਟ ਕਰਮ ਕਰੇ ਅਗਿਆਨੀ, ਉਹਦਾ ਨਤੀਜਾ ਇਹ ਹੈ ਇਹ ਬਾਣੀ ਨੂੰ ਸਮਝ ਨਹੀਂ ਸਕਿਆ, ਬਾਣੀ ਨੂੰ ਜਾਣ ਨਹੀਂ ਸਕਿਆ, ਇਹਨੂੰ ਕਰਮ ਕਰਨੇ ਨਹੀਂ ਆਏ। ਕਿਉਂਕਿ ਕਰਮ ਤਾਂ ਬਾਣੀ ਨੇ ਸਿਖਾਉਣੇ ਸਨ, ਕਰਮ ਤਾਂ ਬਾਣੀ ਨੇ ਸਿਖਾਉਣੇ ਸਨ। ਫੋਕਟ ਕਰਮ ਕਰੇ ਅਗਿਆਨੀ, ਫੋਕਟ ਕਰਮ ਕਰ ਰਿਹਾ ਹੈ ਅਗਿਆਨੀ। ਪਰ ਕਿਹੜੀ ਅਜੀਬ ਗੱਲ ਹੈ, ਇਹ ਐਸਾ ਮਨਮੁੱਖ ਜਿਹੜਾ ਹੈ ਅਗਿਆਨਤਾ ਨਾਲ ਅੰਧਾ ਹੋਇਆ ਹੋਇਆ ਹੈ, ਫੋਕਟ ਕਰਮਾਂ ਨੂੰ ਆਪਣੇ ਕਰਮ ਸਮਝ ਰਿਹਾ। ਹਾਲਾਂਕਿ ਗੁਰੂ ਆਪਣੀ ਰਸਨਾ ਤੋਂ ਇਹ ਗੱਲ ਆਖ ਰਿਹਾ, ਗੱਲ ਮਾਲਾ ਤਿਲਕਲੇ ਲਾਟਿੰਗ ਦੁਇ ਧੋਤੀ ਬਸਤਰ ਕਪਾਟਿੰਗ, ਅਗਲੀ ਲਾਈਨ ਪੜ੍ਹੋ, ਕਰਮ ਕਰ ਰਿਹਾ ਨਾ ਜਿਹੜਾ ਗੱਲ ਮਾਲਾ ਤਿਲਕਲੇ ਲਾਟਿੰਗ ਹੈ, ਜਿਹੜਾ ਮੱਥੇ ਤੇ ਤਿਲਕ, ਉਹ ਵੀ ਕਹਿੰਦਾ ਮੈਂ ਧਰਮ ਕਰਮ ਕਰ ਰਿਹਾ। ਪਰ ਗੁਰੂ ਨਾਨਕ ਆਵਾਜ਼ ਦਿੰਦਾ ਕਹਿੰਦਾ ਜੇ ਜਨ ਸਮਰਮੰ ਕਰਮੰ, ਜਿਹੜੇ ਕਰਮਾਂ ਨੂੰ ਤੂੰ ਬ੍ਰਹਮ ਦੇ ਕਰਮ ਸਮਝਣਾ, ਵੀ ਇਹਦੇ ਨਾਲ ਰੱਬ ਰੀਝ ਪੈ ਗਿਆ, ਮੈਂ ਮੱਥੇ ਤੇ ਤਿਲਕ ਲਾ ਲਿਆ, ਗੱਲ ਵਿੱਚ ਮਾਲਾ ਪਾ ਲਈ। ਕਹਿਣ ਲੱਗੇ ਜੇ ਜਾਣਸ ਬਰਮਨ ਕਰਮੰ, ਜਿਹਨੂੰ ਤੂੰ ਬਰਮਨ ਕਰਮੰ ਸਮਝਣਾ ਹੈ ਨਾ, ਇਹ ਸਭ ਫੋਕਟ ਨਿਸ਼ਚੋ ਕਰਮ, ਨਿਸ਼ਚੇ ਕਰ, ਇਹ ਸਾਰੇ ਫੋਕਟ ਕਰਮ ਨੇ। ਪਰ ਅਗਿਆਨੀ ਫੋਕਟ ਕਰਮ ਕਰ ਰਿਹਾ। ਧਿਆਨ ਮਾਰਿਓ, ਅੱਜ ਦੇ ਜ਼ਮਾਨੇ ਅੰਦਰ ਫੋਕਟ ਕਰਮ ਹਰ ਪਾਸੇ ਧਰਮ ਦੇ ਨਾਮ ਥੱਲੇ ਨਹੀਂ ਹੋ ਰਹੇ। ਕੀ ਅਸੀਂ ਵੀ ਉਹਨਾਂ ਫੋਕਟ ਕਰਮ ਕਰਨ ਵਾਲਿਆਂ ਦੀ ਲਾਈਨ ਵਿੱਚ ਨਹੀਂ ਖੜੇ, ਉਸੇ ਕਾਫਲੇ ਦੇ ਮੈਂਬਰ ਨੇ? ਮੈਂ ਵੀ ਅਰਜ਼ ਕੀਤੀ ਸੀ ਉਹ ਪੜ੍ਹਿਓ, ਕੇਵਲ 8 ਲਾਈਨਾਂ ਉਪਦੇਸ਼ ਦਾ ਤਾਂ ਬੜਾ ਵੱਡਾ ਖਜ਼ਾਨਾ ਹੈ, ਖਜ਼ਾਨਾ ਹੈ। ਪਰ ਕੇਵਲ ਕਮ ਸੇ ਕਮ ਇਹ 8 ਲਾਈਨਾਂ ਦਾ ਜਿਹੜਾ ਉਪਦੇਸ਼ ਹੈ, ਅਸੀਂ ਇਹਨੂੰ ਆਪਣੇ ਹਿਰਦੇ ਵਿੱਚ ਚਾਕ ਮਾਰ ਕੇ ਦੇਖੀਏ, ਸਾਡੇ ਕੋਲ ਹੈ ਕਿ ਉਸ ਫੋਕਟ ਕਰਮ ਜਿਹੜੇ ਨੇ, ਜਿਹਨੂੰ ਅੱਜ ਅਸੀਂ ਕਰਮ ਕਾਂਡ ਆਖ ਕੇ ਬਾਰ ਬਾਰ ਪ੍ਰਚਾਰ ਵੀ ਰਹੇ ਹਾਂ, ਸੁਣ ਵੀ ਰਹੇ ਹਾਂ, ਸੁਣਾ ਵੀ ਰਹੇ ਹਾਂ, ਕੀ ਉਹ ਛੱਡ ਦਿੱਤੇ ਨੇ? ਹਰ ਗੁਰਦੁਆਰੇ, ਹਰ ਮੰਦਰ, ਹਰ ਤੀਰਥ ਤੇ ਉਹ ਫੋਕਟ ਕਰਮ ਨਹੀਂ ਹੋ ਰਹੇ ਪੂਰੇ? 550 ਵਰ੍ਹਾਂ ਤੋਂ ਗੁਰੂ ਨਾਨਕ ਉਪਦੇਸ਼ ਕਰੀ ਜਾਂਦਾ ਹੈ, ਪਰ ਫੋਕਟ ਕਰਮ ਉਵੇਂ ਦਾ ਉਵੇਂ ਹੋ ਰਹੇ ਨੇ। ਕਹਿਣ ਲੱਗੇ ਫੋਕਟ ਕਰਮ ਕਰਤ ਅਗਿਆਨੀ, ਮਨਮੁਖ ਅੰਧ ਕਹਾਵ। ਕਹਿੰਦੇ ਨੇ ਨਤੀਜਾ ਇਹ ਹੈ, ਕਿਉਂਕਿ ਗੁਰੂ ਦੇ ਉਪਦੇਸ਼ ਨਾਲੋਂ ਟੁੱਟਿਆ ਹੋਇਆ, ਗੁਰੂ ਦੀ ਗੱਲ ਸਮਝਦਾ ਨਹੀਂ, ਸੁਣਦਾ ਨਹੀਂ, ਬੋਲੀ ਨਹੀਂ ਮਿਲਦੀ, ਉਸਦਾ ਨਤੀਜਾ ਇਹ ਹੈ ਸਤ ਹੋਤਾ ਅਸਤ ਕਰਮ ਮੰਨਿਆ, ਹਰ ਉਲਟਾ ਕਰਨਾ। ਜਿਹੜੀ ਚੀਜ਼ ਸੱਚੀ ਸੀ ਉਹਨੂੰ ਝੂਠ ਸਮਝੀ ਬੈਠਾ ਹੈ, ਤੇ ਜਿਹੜੀ ਬਿਨਸ ਜਾਣ ਵਾਲੀ ਝੂਠੀ ਸੀ
ਉਹਨੂੰ ਇਹ ਨੇਚਰ ਸਮਝਦਾ ਵੀ ਇਹ ਕਦੀ ਜਾਣੀ ਨਹੀਂ। ਸਤ ਹੋਤਾ ਅਸਤ ਕਰ ਮੰਨਿਆ ਜੋ ਬਿਰਸਤ ਸੋ ਨੇਚਰ ਜਾਣੇ। ਜਿਹੜੀ ਚੀਜ਼ ਬਿਰਸ ਜਾਣ ਵਾਲੀ ਹੈ, ਖਤਮ ਹੋਣ ਵਾਲੀ ਹੈ, ਝੂਠ ਹੈ, ਉਹਨੂੰ ਇਹ ਨੇਚਰ ਸਮਝੀ ਫਿਰਦਾ, ਉਹਦੇ ਨਾਲ ਆਪਣਾ ਜੀਵਨ ਜੋੜ ਕੇ ਜੀਵਨ ਨਿਭਾ ਰਹੇ। ਅਗਲੀ ਲਾਈਨ ਵਿੱਚ ਕਹਿੰਦੇ ਨੇ ਪਰ ਕੀ ਕਹੋ ਆਪਣੀ ਘਰ ਪਤਰੀ, ਇਹਨੂੰ ਤਾਂ ਅਜੇ ਤੱਕ ਆਪਣੇ ਅਤੇ ਬਿਗਾਨੇ ਦਾ ਵੀ ਪਤਾ ਨਹੀਂ ਲੱਗਾ। ਸਤਿਗੁਰੂ ਪਾਣੀ ਵਿੱਚ ਆਖਿਆ ਕਹਿਣ ਲੱਗੇ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਜਿਹੜਾ ਰੱਬ ਆਪਣਾ ਸੀ ਉਹਨੂੰ ਇਹ ਪਰਾਇਆ ਸਮਝੀ ਬੈਠਾ, ਤੇ ਜਿਹੜੀ ਹਰ ਚੀਜ਼ ਆਪਣੀ ਨਹੀਂ, ਤੇਰੀ ਮਰਜ਼ੀ, ਨਾ ਤੂੰ ਨਾਲ ਲੈ ਕੇ ਆਇਆ ਨਾ ਨਾਲ ਲੈ ਕੇ ਜਾਣੀ, ਪਰ ਕੀ ਤੋ ਆਪਣੀ ਘਰ ਪਕੜੀ, ਉਹਨੂੰ ਤੂੰ ਆਪਣੀ ਸਮਝ ਕੇ ਫੜ ਲਿਆ, ਪਕੜ ਲਿਆ, ਉਹਦੇ ਨਾਲ ਜੁੜ ਗਿਆ, ਉਹਨੂੰ ਜੀਵਨ ਦਾ ਹਿੱਸਾ ਬਣਾ ਲਿਆ। ਪਰ ਕੀ ਕਹੋ ਆਪਣੀ ਘਰ ਪਕੜੀ ਐਸੇ ਭੂਲ ਭੁਲਾਣਿਤ, ਇਹੋ ਜਿਹਾ ਭੁਲੇਖਾ, ਇਹੋ ਜਿਹਾ ਭਰਮ ਤੇਰੇ ਜੀਵਨ ਦਾ ਹਿੱਸਾ ਬਣ ਗਿਆ। ਕਹਿਣ ਲੱਗੇ ਪਰ ਇੱਕ ਖਿਆਲ ਕਰੀ, ਜੇ ਤੈਨੂੰ ਗੁਰੂ ਦੀ ਗੱਲ ਸੁਣ ਜਾਏ, ਸੁਣ ਕੇ ਸਮਝ ਆ ਜਾਏ, ਜੇ ਤੂੰ ਧਾਰਨ ਕਰਨਾ, ਉਹ ਗੱਲ ਜਿਹੜੀ ਸਿਰਫ ਤੇਰੇ ਵਾਸਤੇ ਨਹੀਂ ਸੰਸਾਰ ਵਾਸਤੇ ਸਾਂਝੀ, ਖੱਤਰੀ ਬ੍ਰਾਹਮਣ ਸੂਦ ਵੈਸ਼ ਸਭ ਇੱਕ ਹੈ ਨਾਮ ਤਰਾਨਤ, ਤੇ ਫੈਸਲਾ ਕੀ ਹੈ ਗੁਰੂ ਨਾਨਕ ਉਪਦੇਸ਼ ਕਹਿਤਾ ਹੈ। ਗੁਰੂ ਨਾਨਕ ਇਹ ਉਪਦੇਸ਼ ਕਹਿ ਰਿਹਾ ਹੈ, ਕਿਹੜੀ ਅਜੀਬ ਗੱਲ ਹੈ, ਇਹ ਅੱਠ ਲਾਈਨਾਂ ਦਾ ਉਪਦੇਸ਼ ਜਿਹੜਾ, ਇਹਨੂੰ ਜਿਹੜਾ ਹਿਰਦੇ ਵਿੱਚ ਝਾਤ ਮਾਰ ਕੇ ਦੇਖਿਓ, ਸਾਡੇ ਜੀਵਨ ਵਿੱਚ ਸੰਸਾਰ ਦੇ ਜੀਵਨ ਵਿੱਚ ਹੈ, ਤੇ ਜੇ ਨਾ ਨਜ਼ਰ ਆਵੇ ਤਾਂ ਸਾਨੂੰ ਸੋਚੀ ਪੈ ਜਾਣ ਦੀ ਮਜਬੂਰੀ ਹੈ ਕਿ ਆਖਿਰ ਗੁਰੂ ਨਾਨਕ ਸਾਢੇ 500 ਵਰ੍ਹੇ ਵਿੱਚ ਇੰਨੀਆਂ ਕੁਰਬਾਨੀਆਂ ਅਤੇ ਇੰਨੇ ਅਹਿਸਾਨ ਕਰਕੇ ਆਪਣੇ ਸਮੇਂ ਅੰਦਰ ਨਾ ਸਾਧਨ ਹੋਣ ਦੇ ਬਾਵਜੂਦ ਦਰ ਦਰ ਬਾਜ਼ਾਰ ਬਾਜ਼ਾਰ ਗਲੀ ਗਲੀ ਫਿਰ ਕੇ ਦੇਸ਼ ਵਿਦੇਸ਼ਾਂ ਵਿੱਚ ਹੋਕਾ ਦੇ ਕੇ ਉਪਦੇਸ਼ ਕਰਦਾ ਰਹੇ, ਅਤੇ 550 ਵਰ੍ਹੇ ਬਾਅਦ 8 ਲਾਈਨਾਂ ਵੀ ਸਾਨੂੰ ਯਾਦ ਨਾ ਹੋਣ, ਉਹਨਾਂ ਨੂੰ ਵੀ ਅਸੀਂ ਧਾਰਨ ਨਾ ਕਰ ਸਕੀਏ। ਤੇ ਗੁਰੂ ਸੱਚੇ ਪਾਤਸ਼ਾਹ ਇਹੋ ਫੈਸਲਾ ਦਿੰਦੇ ਨੇ, ਕਹਿੰਦੇ ਨੇ ਗੁਰੂ ਨਾਨਕ ਉਪਦੇਸ਼ ਕਹਿਤ ਹੈ, ਗੁਰੂ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਣੇ ਸਭ ਇੱਕ ਨਾਮ ਪਰਾਨਤ।
ਸਮਝ ਹੋ ਗਏ, ਇੰਨਾ ਇਆਣਾ ਹੋ ਗਿਆ, ਤੂੰ ਗੱਲ ਹੀ ਨਹੀਂ ਸੁਣਦਾ। ਗੁਰੂ ਨਾਨਕ 500 ਵਰੇ ਤੋਂ ਕਈ ਗੰਦ ਉਪਦੇਸ਼ ਕਰ ਰਿਹਾ, ਜੋ ਸੁਣੇ ਸੋ ਪਾਰ ਪ੍ਰਾਣ। ਇਹਦਾ ਮਤਲਬ ਅਸੀਂ ਸੁਣ ਨਹੀਂ ਰਹੇ। ਬਹੁਤਾਤ ਜੀਵਨ ਦਾ ਹਿੱਸਾ ਇਹ ਹੋਈ। ਇੱਥੇ ਕਮ ਸੇ ਕਮ ਮੈਨੂੰ ਇੰਨੀ ਖੁਸ਼ੀ ਹੈ, ਜਿਹੜੇ ਵੀਰ ਭੈਣਾਂ ਬਜ਼ੁਰਗ ਆਉਂਦੇ ਨੇ ਉਹਨਾਂ ਨੂੰ ਪਤਾ ਵੀ ਅਸੀਂ ਇੱਥੇ ਕੁਝ ਸਮਝਣ ਲਈ ਆਇਆ। ਨਹੀਂ ਤਾਂ ਲੰਗਰ ਇਸ ਨਾਲੋਂ ਕਈ ਸਥਾਨਾਂ 'ਤੇ ਚੰਗਾ ਹੈ, ਹਾਲ ਵੀ ਚੰਗੇ ਨੇ, ਬਹੁਤ ਸਾਧਨ ਵੀ ਮੁਹੱਈਆ ਹੁੰਦੇ ਨੇ। ਇਹ ਸਥਾਨ ਸਿਰਫ ਬਾਣੀ ਸਮਝਣ ਅਤੇ ਸੁਣਨ ਵਾਸਤੇ ਹੈ। ਨਹੀਂ ਤਾਂ ਬਹੁਤਾ ਜਗ੍ਹਾ ਦੇਖਣਾ, ਸੁਣਨ ਵਾਲੇ ਵੀ ਸੁਣਾਈ ਜਾਂਦੇ ਨੇ ਅਤੇ ਜਿਹੜੇ ਬੈਠੇ ਨੇ ਉਹ ਵੀ ਸੁਣੀ ਸੁਣ ਕੇ ਸੁਣੀ ਅਣਸੁਣੀ ਕਰਕੇ ਚਲੇ ਜਾਂਦੇ ਨੇ। ਬਸ ਇੰਨੀ ਕੁ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਕਿ ਇੱਥੇ ਜੋ ਆਪਾਂ ਸਮਝੀਏ ਸੁਣੀਏ ਉਹਨੂੰ ਅਣਸੁਣੀ ਨਾ ਕਰੀਏ। ਗੁਰੂ ਨੇ ਬਾਣੀ ਵਿੱਚ ਇਹ ਵੀ ਉਲਾਂਭਾ ਦਿੱਤਾ, ਕਹਿੰਦੇ ਨੇ ਪੇਖਤ ਚਾਖਤ ਕਹੀਅਤ ਅੰਧਾ ਸੁਣੀਅਤ ਸੁਣੀਏ ਨਹੀਂ। ਬਹੁਤਾਤ ਲੋਕ ਗੁਰੂ ਕਹੀ ਜਾਂਦਾ ਪਰ ਸੁਣੀ ਅਣਸੁਣੀ ਕਰ ਰਹੇ ਨੇ। ਜੇ ਸੁਣੀ ਅਣਸੁਣੀ ਨਾ ਕਰਦੇ ਤਾਂ 550 ਵਰੇ ਬਾਅਦ ਮਨੁੱਖਤਾ ਵਿੱਚ ਸੰਸਾਰ ਵਿੱਚ ਕੋਈ ਚੇਂਜ ਆਉਣੀ ਚਾਹੀਦੀ ਸੀ, ਕੋਈ ਤਬਦੀਲੀ ਆਉਣੀ ਚਾਹੀਦੀ ਸੀ। ਜੇ ਅੱਜ ਵੀ ਫੋਕਟ ਕਰਮ ਉਵੇਂ ਨੇ, ਜੇ ਅੱਜ ਵੀ ਅਭੁੱਲਤਾ ਉਵੇਂ ਹੈ, ਤਾਂ ਇਹਦਾ ਮਤਲਬ ਅਸੀਂ ਸੁਣੀ ਅਣਸੁਣੀ ਕਰ ਰਹੇ ਹਾਂ ਜੋ ਨਹੀਂ ਕਰਨੀ ਚਾਹੀਦੀ। ਇਹਨਾਂ ਸ਼ਬਦਾਂ ਨਾਲ ਫਿਲਮਾਂ ਦਾ ਜਾ ਚਿਖਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।